ਸਾਡੇ ਨਾਲ ਨੇ ਇਸ ਇਲਾਕੇ ਦੇ ਈਸ਼ਮ ਬਦਾਮਾ ਕ੍ਰਿਸ਼ਪਾਲ ਸਿੰਘ ਜੀ ਕਾ ਜਿਹੜੇ ਕਿ ਇਸ ਇਲਾਕੇ ਤੋਂ ਬਹੁਤ ਵਾਰ ਕੌਂਸਲਰ ਵੀ ਚੁਣੇ ਗਏ ਸਬ ਰਜਿਸਟਰ ਵੀ ਰਹੇ ਅਤੇ ਹੁਣ ਵੀ ਅੱਜ ਉਹਦੇ ਪਰਿਵਾਰ ਤੋਂ ਹੀ ਉਹਨਾਂ ਦੇ ਪੋਤੇ ਰਾਜਾ ਜੀ ਇਸ ਇਲਾਕੇ ਦੇ ਕੌਂਸਲਰ ਨੇ ਪ੍ਰਿਤਪਾਲ ਸਿੰਘ ਜੀ ਕਾਇਲ ਦੇ ਨਾਲ ਅਸੀਂ ਤੁਹਾਨੂੰ ਲੁਧਿਆਣਾ ਦਰਪਣ ਤੋਂ ਰੂਬਰੂ ਕਰਾ ਰਹੇ ਹਾਂ। ਹਾਂਜੀ ਕਾਇਲ ਸਾਹਿਬ, ਮੈਂ ਤੁਹਾਡੀ ਤੁਸੀਂ ਦਾ ਸੇਵਕ ਹਾਂ। ਬਹੁਤ ਸਾਡੇ ਮਹਾਂਪੁਰਸ਼ ਬੰਦੇ ਨੇ, ਅਸੀਂ ਤਾਂ ਆਪਣੀ ਵੋਟ ਵੀ ਪਾਉਣਾ, ਲੋਕਾਂ ਵੀ ਪਾਉਣਾ, ਬੰਦੇ ਦੀ ਸ਼ਹਾਦਤ ਪਾਉਣੀ ਹੈ। ਸਾਡੇ ਪਹਿਲੀ ਵੋਟ ਪਾਈ ਸੀ, ਪਹਿਲੀ ਵੋਟ ਕਾਂਗਰਸ ਪਾਰਟੀ ਨੂੰ ਪਾਈ ਸੀ, ਸਦਾ ਹੀ ਕਾਂਗਰਸ ਪਾਰਟੀ ਨੂੰ ਵੋਟ ਪਾਈ ਹੈ। ਕਾਇਲ ਸਾਹਿਬ, ਕਿੱਦਾਂ ਦਾ ਰਿਸਪੋਂਸ ਮਿਲਦਾ ਪਿਆ ਲੋਕਾਂ ਦਾ ਤੁਹਾਡੇ ਉੱਤੇ ਦੇ ਕਿਰਾਏ ਕੰਮਾਂ ਤੋਂ ਜਾਂ ਹੋਰ ਡਾਬਰ ਸਾਹਿਬ ਦੇ ਕਿਰਾਏ ਕੰਮਾਂ ਤੋਂ? ਲੋਕ ਕਿੰਨਾ ਕੁ ਰਿਸਪੋਂਸ ਦੇ ਰਹੇ ਆ ਪੋਲਿੰਗ ਬੂਥਾਂ 'ਤੇ ਆ ਕੇ? ਬਹੁਤ ਬਹੁਤ ਧੰਨਵਾਦ ਕਾਇਲ ਸਾਹਿਬ ਤੁਹਾਡਾ। ਅਸੀਂ ਇੱਦਾਂ ਹੀ ਜਾਂਦੇ ਹਾਂ ਅਗਲੀ ਵਾਰੀ ਵੋਟਾਂ ਵਿੱਚ, ਤੁਸੀਂ ਇੱਥੇ ਹੀ ਬੈਠੇ ਮਿਲੋ ਸਾਨੂੰ। ਵਾਹ ਵਾਹ। ਇਹ ਸਨ ਪ੍ਰਿਤਪਾਲ ਸਿੰਘ ਜੀ ਕਾਇਲ, ਇਸ ਇਲਾਕੇ ਦੇ ਐਕਸ ਕੌਂਸਲਰ, ਐਕਸ ਸਬ ਰਜਿਸਟਰ ਅਤੇ ਕਾਂਗਰਸ ਦੇ ਬਹੁਤ ਚਿਰ ਤੋਂ ਇਸ ਇਲਾਕੇ ਦੀ ਰਹਿਨਮਾਈ ਕਰਨ ਵਾਲੇ ਲੀਡਰ ਪ੍ਰਿਤਪਾਲ ਸਿੰਘ ਜੀ ਕਾਇਲ। ਬਹੁਤ ਬਹੁਤ ਧੰਨਵਾਦ ਜੀ ਕਾਇਲ ਦਾ ਤੁਹਾਡਾ। ਬਹੁਤ ਵਧੀਆ ਚੱਲ ਰਿਹਾ ਜੀ, ਲੋਕਾਂ 'ਚ ਬਹੁਤ ਜ਼ਿਆਦਾ ਉਤਸ਼ਾਹ ਦੇਖਿਆ ਜਾ ਰਿਹਾ ਔਰ ਬਹੁਤ ਵਧੀਆ ਜਿਹੜਾ ਲੋਕਾਂ ਕੋਲ। ਉਹਦਾ ਤਾਂ ਆਪਣਾ ਵਾਰਡ ਆ। ਬਿਲਕੁਲ ਜੀ, ਲੇਕਿਨ ਬੂਥ ਦੇ ਉੱਤੇ ਰਾਸ਼ਨ ਪਾਉਣਾ ਚਾਹੀਦਾ। ਬਿਲਕੁਲ ਪੈ ਰਿਹਾ ਜੀ, ਹੁਣ ਤੁਸੀਂ ਦੇਖੋ, ਤੁਸੀਂ ਸਵੇਰੇ ਹੋਰ ਅੱਧਾ ਘੰਟਾ ਪਹਿਲੇ ਆਏ ਹੁੰਦੇ, ਤੁਸੀਂ ਬਾਕੀ ਬੂਥ ਵੀ ਦੇਖੋ, ਕਾਫੀ ਹੱਦ ਤੱਕ ਜਿਹੜੀਆਂ ਵੋਟਾਂ ਮੇਰੇ ਇੱਥੇ ਬੂਥ ਦੇ ਵਿੱਚ ਪੁੱਜ ਚੁੱਕੀਆਂ ਨੇ ਔਰ ਬਾਕੀ ਹੌਲੀ ਹੌਲੀ ਕਰਕੇ ਲੋਕ ਆਪਣਾ ਵੋਟ ਕਾਸਟ ਕਰਨ ਆ ਰਹੇ। ਹੋਰ ਵੀ ਸਾਰੇ ਜਿਹੜੇ ਆਪਣੇ ਤੁਹਾਡੇ ਐਕਸੀਡੈਂਟ ਦੇ ਬੂਥ ਨੇ, ਉਹਨਾਂ ਦੇ ਉੱਤੇ ਬਹੁਤ ਵਧੀਆ ਮਿਲ ਰਿਹਾ ਜੀ, ਬਹੁਤ ਵਧੀਆ ਲੋਕਾਂ ਦਾ ਗੁਜ਼ਾਰਾ ਆ ਰਿਹਾ ਔਰ ਬਹੁਤ ਖੁਸ਼ੀ ਹੁੰਦੀ ਹੈ ਕਿ ਜਿਹੜੇ ਲੋਕ ਆਪਣੇ ਆਪ ਘਰੋਂ ਆ ਕੇ ਆਪਣਾ ਜਿਹੜਾ ਰਾਈਟ ਆਫ ਵੋਟ ਆਪਣਾ ਸਮਝ ਰਹੇ ਨੇ ਔਰ ਆਪਣਾ ਜਿਹੜਾ ਵੋਟ ਕਾਸਟ ਕਰ ਰਹੇ। ਬਹੁਤ ਬਹੁਤ ਧੰਨਵਾਦ।